ਸਤਿ ਸ਼੍ਰੀ ਅਕਾਲ ਸਟੂਡੈਂਟਸ, ਸਵਾਗਤ ਹੈ ਆਪ ਸਭ ਦਾ ਆਪਣੇ ਯੂਟਿਊਬ ਦੇ ਇਸ ਚੈਨਲ ਡੈਲਚ ਲਰਨਿੰਗ ਪੁਆਇੰਟ ਦੇ ਉੱਪਰ। ਸਟੂਡੈਂਟਸ, ਹੁਣੇ ਹੁਣੇ ਇੱਕ ਬੋਰਡ ਦੇ ਵੱਲੋਂ ਨੋਟਿਸ ਆ ਗਿਆ ETT ਕੈਡਰ 23-64 ਦੇ ਲਈ ਉਹਨਾਂ ਦੀ ਕੱਟ ਆਫ ਦਾ। ਸੋ ਇੱਕ ਵੀਡੀਓ ਹੁਣੇ ਹੀ 20-25 ਮਿੰਟ ਪਹਿਲਾਂ ਅਸੀਂ ਅਪਲੋਡ ਕੀਤੀ ਹੈ ਉਸੇ ਨੋਟਿਸ ਦੇ ਰਿਗਾਰਡਿੰਗ, ਬਟ ਉਹਦੇ ਵਿੱਚ ਬੱਚਿਆਂ ਨੂੰ ਕੁਛ ਕੁ ਕਨਫਿਊਜ਼ਨਸ ਨੇ। ਸੋ ਉਹਦੇ ਲਈ ਸੋਰੀ ਹੈ, ਕਿਉਂਕਿ ਅਸੀਂ ਸਿਰਫ ਇਨਫੋਰਮੇਸ਼ਨ ਉਹਦੀ ਨੋਟਿਸ ਦੀ ਦਿੱਤੀ ਸੀ। ਉਹਦੇ ਵਿੱਚ ਇੱਕ ਕਨਫਿਊਜ਼ਨ ਬੱਚਿਆਂ ਨੂੰ ਹੈਗੀ ਹੈ ਕਿ ਇਹ ਜੋ ਕੱਟ ਆਫ ਹੈ ਇਹ ਮਤਲਬ ਸਾਡੇ ਰਿਜ਼ਲਟ ਦੇ ਬੇਸ 'ਤੇ ਆਈ ਹੈ ਕਿ ਸਾਡੇ ਗ੍ਰੈਜੂਏਸ਼ਨ ਦੇ ਮਾਰਕਸ ਐਡ ਹੋਣ ਤੋਂ ਬਾਅਦ ਆਈ ਹੈ। ਸੋ ਮੈਂ ਤਾਂ ਦੱਸ ਦੇਣਾ ਚਾਹੁੰਦਾ, ਇਹ ਵਾਲੀ ਲਿਸਟ ਜੋ ਕੱਟ ਆਫ ਦੀ ਲਿਸਟ ਤੁਹਾਡੇ ਸਾਹਮਣੇ ਅੱਜ ਆਈ ਹੈ, ਜਰਨਲ ਦੀ 74 ਨੰਬਰ ਦੀ, EWS ਦੀ 68 ਨੰਬਰ ਦੀ, BC ਦੀ 70 ਨੰਬਰ ਦੀ, SC ਦੀ, RO ਦੀ 63 ਦੀ, ਔਰ SC MD ਦੀ 52 ਨੰਬਰ ਦੀ, ਇਹ ਗ੍ਰੈਜੂਏਸ਼ਨ ਦੇ ਮਾਰਕਸ ਐਡ ਹੋਣ ਤੋਂ ਬਾਅਦ ਆਈ ਹੈ। ਮਤਲਬ ਕਿ ਅਗਰ ਤੁਹਾਡੇ ਮਾਰਕਸ ਮੰਨ ਲਓ BC ਦੇ ਅਕੋਰਡਿੰਗਲੀ 68 ਸੀਗੇ, ਤਾਂ ਹੁਣ ਅਗਰ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਈ ਹੈ, ਸੋ ਹੁਣ ਤੁਹਾਡੇ 73 ਬਣ ਰਹੇ ਸੀ। ਸੋ ਇਹ ਨੰਬਰ ਉਹਨੂੰ ਜੋੜ ਕੇ ਹੈ। ਤਾਂ ਅਗਰ ਤੁਸੀਂ ਆਪਣੇ ਗ੍ਰੈਜੂਏਸ਼ਨ ਦੇ ਨੰਬਰ ਜੋੜਨ ਤੋਂ ਬਾਅਦ ਅੱਜ ਵਾਲੀ ਮੈਰਿਟ, ਅੱਜ ਵਾਲੀ ਕੱਟ ਆਫ ਦੀ ਅੰਕੜੇ ਨੂੰ ਤੁਸੀਂ ਪਾਰ ਕਰ ਰਹੇ ਹੋ, ਸੋ ਤੁਸੀਂ ਵੀ ਆਪਣੇ ਡਾਕੂਮੈਂਟ ਜਿਹੜੇ ਅਪਲੋਡ ਕਰਨੇ ਨੇ, ਕਿਉਂਕਿ ਇਸ ਲਿਸਟ ਦੇ ਵਿੱਚ ਗ੍ਰੈਜੂਏਸ਼ਨ ਦੇ ਮਾਰਕਸ ਐਡ ਹੋ ਕੇ ਆਏ ਨੇ। ਮੈਂ ਫਿਰ ਇੱਥੇ ਰਿਪੀਟ ਕਰ ਰਿਹਾ, ਇਹਦੇ ਵਿੱਚ ਗ੍ਰੈਜੂਏਸ਼ਨ ਦੇ ਮਾਰਕਸ ਐਡ ਹੋ ਕੇ ਆਏ ਨੇ। ਸੋ ਤੁਸੀਂ ਆਪਣੇ ਆਪ ਹੀ ਤੁਸੀਂ ਗ੍ਰੈਜੂਏਸ਼ਨ ਦੇ ਮਾਰਕਸ ਆਪਣੇ ਜੋੜ ਲੈਣੇ ਨੇ ਕਿ ਤੁਹਾਡੇ ਕਿੰਨੇ ਨੰਬਰ ਉਹਦੇ 'ਚ ਵੱਧਦੇ ਸੀ। ਅਗਰ ਤੁਸੀਂ ਇਸ ਅੰਕੜੇ ਨੂੰ ਕ੍ਰੋਸ ਕਰਦੇ ਹੋ, ਸੋ ਤੁਸੀਂ ਵੀ ਆਪਣੇ ਡਾਕੂਮੈਂਟ ਜਿਹੜੇ ਅਪਲੋਡ ਕਰਨੇ ਨੇ। ਇਹਦੇ ਵਿੱਚ ਬੈਂਕ ਦੀ ਫੀਸ ਸਲਿੱਪ ਦਾ ਜ਼ਿਕਰ ਨਹੀਂ ਕੀਤਾ ਗਿਆ, ਸੋ ਉਹ ਤੁਹਾਡੇ ਲਈ ਅੱਛੀ ਗੱਲ ਹੈ ਕਿ ਇਹਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਗਾ। ETT ਅਤੇ BED ਲਈ ਹਜੇ ਵੀ ਥੋੜ੍ਹਾ ਜਿਹਾ ਕਲੈਸ਼ ਬੰਨਿਆ ਹੋਇਆ, ਮੈਂ ਇੱਥੇ ਗੱਲ ਕਰਾਂਗਾ, ਕਿਉਂਕਿ ਜੋ ਮੈਂਡੇਟਰੀ ਸਰਟੀਫਿਕੇਟਸ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ETT ਦਾ ਸਰਟੀਫਿਕੇਟ ਲਗਾਉਣਾ ਜਿਹੜਾ ਜ਼ਰੂਰੀ ਹੈ, ਪਰ ਲਾਸਟ ਕੋਲਮ ਦੇ ਵਿੱਚ ਇੱਕ ਗੱਲ ਫਿਰ ਲਿਖੀ ਹੋਈ ਹੈ ਉਹਨਾਂ ਨੇ, ਲਾਸਟ ਜੋ ਇੱਕ 8ਵਾਂ ਸ਼ਰਤ ਜਿਹੜੀ ਲਿਖੀ ਹੈ ਉੱਥੇ ਲਿਖਿਆ ਕੋਈ ਵੀ ਇਕੁਇਲੈਂਟ ਸਰਟੀਫਿਕੇਟ ਅਗਰ ਲੱਗਦਾ ਹੋਏ, ਸੋ ਤੁਸੀਂ ਲਾਉਣਾ ਜ਼ਰੂਰੀ ਬਣਾਉਣਾ ਹੈ ਉਸਨੂੰ। ਸੋ ਹੁਣ ਇਹ ਨਹੀਂ ਪਤਾ ਕਿ ETT ਨੂੰ ਅਗਰ ਐਜ਼ ਅ ਮੈਂਡੇਟਰੀ ਕਾਊਂਟ ਕੀਤਾ ਜਾ ਰਿਹਾ, ਸੋ ਅਗਰ BED ਵਾਲੇ ਕੈਂਡੀਡੇਟਸ ਇਹਦੇ ਵਿੱਚੋਂ ਕੱਢ ਦਿੱਤੇ ਜਾਂਦੇ ਹੈ, ਸੋ ਜ਼ਿਆਦਾ ਨਹੀਂ ਤਾਂ ਘੱਟੋ ਘੱਟ 7 ਤੋਂ 8 ਨੰਬਰ ਦਾ ਜੋ ਹੈ ਮੈਰਿਟ ਦੇ ਵਿੱਚ ਜਿਹੜਾ ਹੈ ਗ੍ਰਾਫ ਨੀਚੇ ਡਿੱਗ ਪਏਗਾ, ਖਾਸ ਕਰਕੇ ਜਨਰਲ ਕੈਟਾਗਰੀ ਵਿੱਚ ਅਤੇ BC ਕੈਟਾਗਰੀ ਵਿੱਚ। SC ਦੇ ਵਿੱਚ ਵੀ ਗ੍ਰਾਫ ਨੀਚੇ ਜਾਏਗਾ, ਹੋ ਸਕਦਾ ਹੈ EWS ਵਿੱਚ ਇਹ ਗ੍ਰਾਫ ਕੋਈ ਬਹੁਤਾ ਜ਼ਿਆਦਾ ਨੀਚੇ ਨਾ ਜਾਵੇ, ਪਰ ਬਾਕੀਆਂ ਦੇ ਵਿੱਚ ਇਹ ਗ੍ਰਾਫ ਬਹੁਤ ਜ਼ਿਆਦਾ ਨੀਚੇ ਜਾਏਗਾ, ਕਿਉਂਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ BED ਸਟੂਡੈਂਟ ਨੇ ETT ਕੈਡਰ ਵਿੱਚ ਅਪਲਾਈ ਕੀਤਾ ਸੀ ਅਤੇ ਮਾਰਕਸ ਵੀ BED ਸਟੂਡੈਂਟਸ ਦੇ ਹੀ ਆਏ ਹੋਏ ਨੇ। ਬਹੁਤ ਸਾਰੇ ਸਟੂਡੈਂਟਸ ਕਮੈਂਟਸ ਦੇ ਵਿੱਚ ਇੱਦਾਂ ਕਰਦੇ ਨੇ ਕਿ ਜੀ ਤੁਸੀਂ BED ਵਾਲੇ ਲੱਗਦੇ ਹੋ। ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡਾ ਕਿਸੇ ਨਾਲ ਕੁਛ ਇੱਦਾਂ ਨਹੀਂ ਹੈ, ਬਟ ਸਾਡਾ ਕੰਮ ਹੈ ਇਨਫੋਰਮੇਸ਼ਨ ਦੇਣਾ। ਸੋ ਨੋਟਿਸ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਕਿ ਜੋ ਵੀ ETT ਦੇ ਸਰਟੀਫਿਕੇਟ ਜਿਹੜੇ ਨੇ ਉਹ ਨੈਸੈਸਰੀ ਨੇ। ਸੋ ਅਸੀਂ ਸਿਰਫ ਇਨਫੋਰਮੇਸ਼ਨ ਦੇ ਰਹੇ ਹਾਂ, ਸਾਡਾ ਕੰਮ ਇਕੱਲਾ ਇਨਫੋਰਮੇਸ਼ਨ ਦੇਣਾ ਹੈ। BED ਵਾਲਿਆਂ ਨੂੰ ਨਹੀਂ ਲਿੱਤਾ ਜਾਂਦਾ ਜਾਂ ਲਿੱਤਾ ਜਾਂਦਾ, ਇਹ ਸਭ ਨੂੰ ਮੁਬਾਰਕਬਾਦ ਹੈ। ਅਗਰ ਲਿੱਤਾ ਜਾਂਦਾ ਸੋ ਉਹਨਾਂ ਨੂੰ ਮੁਬਾਰਕਬਾਦ, ਨਹੀਂ ਲਿੱਤਾ ਜਾਂਦਾ ਤਾਂ ਤੁਹਾਨੂੰ ਮੁਬਾਰਕਬਾਦ। ਸੋ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ, ਸਾਡਾ ਕੰਮ ਤੁਹਾਨੂੰ ਇਨਫੋਰਮੇਸ਼ਨ ਦੇਣਾ ਹੈ। ਸੋ ਅਸੀਂ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਉਹ ਪ੍ਰੋਵਾਈਡ ਕਰਵਾ ਰਹੇ ਹਾਂ। ਵੀਡੀਓ ਚੰਗੀ ਲੱਗੀ ਹੋਵੇ, ਜਾਣਕਾਰੀ ਚੰਗੀ ਲੱਗੀ ਹੋਵੇ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ। ਬਹੁਤ ਸਾਰੇ ਸਟੂਡੈਂਟਸ ਨਾਲ ਇਹ ਗੱਲ ਪਹੁੰਚ ਸਕੇ ਉਹਨਾਂ ਤੱਕ ਕਿ ਇਸ ਲਿਸਟ ਦੇ ਵਿੱਚ ਗ੍ਰੈਜੂਏਸ਼ਨ ਦੇ ਮਾਰਕਸ ਐਡ ਹੋ ਕੇ ਆਏ ਨੇ। ਸੋ ਮਿਲਦੇ ਹਾਂ ਜੀ ਕਿਸੇ ਨਵੀਂ ਖਾਸ ਵੀਡੀਓ, ਨਵੀਂ ਅਪਡੇਟ ਦੇ ਨਾਲ। ਤਦ ਤੱਕ ਸਲਾਮਤ ਰਹੋ, ਖੁਸ਼ ਰਹੋ, ਬੀ ਪੋਜ਼ਿਟਿਵ, ਅਤੇ ਕੰਗ੍ਰੈਚੁਲੇਸ਼ਨਸ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਦੇ ਮਾਰਕਸ ਇਸ ਕੱਟ ਆਫ ਲਿਸਟ ਨੂੰ ਕ੍ਰੋਸ ਕਰ ਰਹੇ ਨੇ। ਅਤੇ ਜਲਦੀ ਤੋਂ ਜਲਦੀ ਆਪਣੇ ਡਾਕੂਮੈਂਟ ਅਪਲੋਡ ਕਰੋ ਅਤੇ ਇੱਥੇ ਆ ਕੇ ਥੋੜ੍ਹਾ ਜਿਹਾ ਥੈਂਕ ਯੂ ਅਤੇ ਥੋੜ੍ਹੀ ਜਿਹੀ ਵਧਾਈਆਂ ਸਾਡੇ ਤੋਂ ਵੀ ਲੈ ਲਓ। ਸੋ ਮਿਲਦੇ ਹਾਂ ਜੀ ਨਵੀਂ ਵੀਡੀਓ, ਕਿਸੇ ਖਾਸ ਨਵੀਂ ਅਪਡੇਟ ਦੇ ਨਾਲ। ਧੰਨਵਾਦ, ਥੈਂਕ ਯੂ ਵੈਰੀ ਮੱਚ।